मैं अजय कुमार यूफो न्यूज़ तो पेश कर रहे हां पंजाबी खबरां। आज हुशियारपुर पुलिस ने तीन नामी गैंगस्टर नु फड़ के एक बड़ी सफलता प्राप्त की है। इस संबंध विच हुशियारपुर विखे हुई प्रेस कॉन्फ्रेंस दौरान SSP नवजोत सिंह माहल ने दस्या कि हुशियारपुर पुलिस की स्पेशल टीम वालों नामी गैंगस्टर सोनू रोड मुजारा नु उसके दो साथियों समेत यूपी तो काबू करके गिरफ्तार किया गया है। इन्हां पासों 7 पिस्टल अते 18 जिंदा रौंद बरामद किए गए हैं। सोनू के खिलाफ 5 मुकदमे थाना गढ़शंकर अते 1 मुकदमा जिला अमृतसर विखे दर्ज है। ਗੜਸ਼ੰਕਰ ਦੇ ਏਰੀਆ ਦਾ ਅਤੇ ਇਸਨੇ ਪਿਛਲੇ ਅਗਸਤ ਦੇ ਵਿੱਚ ਇੱਕ ਕਤਲ ਕੀਤਾ ਸੀਗਾ। ਇੱਕ ਭਿੰਦਰਾ ਨਾਮ ਦਾ ਬੰਦਾ ਸੀ, ਉਹਦੀ ਦੁਕਾਨ ਦੇ ਵਿੱਚ ਇਹਨਾਂ ਨੂੰ ਵੜ ਕੇ ਗੋਲੀਆਂ ਮਾਰੀਆਂ ਸੀ। ਅਤੇ ਇਹ ਜਿਹੜਾ ਸੋਨੂ ਰੋਡ ਬਜ਼ਾਰੀ ਹੈ, ਇੱਕ ਗੈਂਗ ਹੈਗਾ ਪ੍ਰੀਤ ਸੇਖੋਂ ਦਾ, ਜਿਹੜਾ ਕਿ ਅੰਮ੍ਰਿਤਸਰ ਤਰਨ ਤਾਰਨ ਦੇ ਵਿੱਚ ਕਾਫੀ ਜ਼ਿਆਦਾ ਸਰਗਰਮ। ਜਿਹੜੇ ਪਰਸੋਂ ਤੁਸੀਂ ਦੇਖਿਆ ਹੋਣਾ ਉੱਥੇ ਇੱਕ ਟ੍ਰਿਪਲ ਮਰਡਰ ਹੋਇਆ, ਉਹ ਵੀ ਪ੍ਰੀਤ ਦਾ ਕੰਮ ਸੀ। ਅਤੇ ਇਹ ਜਿਹੜਾ ਸੋਨੂ ਰੋਡ ਬਜ਼ਾਰੀ ਹੈ, ਸਾਡੇ ਗੜਸ਼ੰਕਰ ਏਰੀਏ ਦਾ ਸੀ। ਇਸ ਦੇ ਖਿਲਾਫ ਤਕਰੀਬਨ 5 ਪਰਚੇ ਪਹਿਲਾਂ ਦਰਜ ਨੇ। ਅਤੇ ਇੱਕ ਇਹ ਜਿਹੜਾ ਕੇਸ ਮੈਂ ਤੁਹਾਨੂੰ ਦੱਸ ਗਿਆ ਕਿ ਫਿਰ ਮਾਰਨ ਵਾਲਾ ਇੱਕ ਇਹਨੇ ਇਹ ਕੀਤਾ ਸੀਗਾ। ਇੱਕ ਇਹਨਾਂ ਨੇ ਬਾਕਸਰ ਜੱਗਾ ਬਾਕਸਰ ਸੀ, ਜੱਗਾ ਬਾਊਸਰ ਅੰਮ੍ਰਿਤਸਰ ਦੇ ਵਿੱਚ ਪਿਛਲੇ ਸਾਲ ਮਾਰਿਆ ਸੀ ਇਹਨੇ ਅਤੇ ਪ੍ਰੀਤ ਸਿੰਘ ਨੇ। ਇਹਨਾਂ ਨੇ ਗੈਂਗ ਬਣਾਇਆ ਸੀ ਅਤੇ 2 ਕਤਲ ਅਤੇ ਇਹਨਾਂ ਨੇ ਇਹ ਕੀਤੇ ਨੇ। ਅਤੇ ਇਸ ਤੋਂ ਇਲਾਵਾ ਵੀ ਜਿਹੜੇ ਇਹਦੇ ਖਿਲਾਫ ਬੰਦੇ ਸੀਗੇ ਗੜਸ਼ੰਕਰ ਏਰੀਏ ਦੇ ਵਿੱਚ, ਇਹਨੇ ਇੱਕ ਕੇਸ ਦੇ ਵਿੱਚ ਉਹਨਾਂ ਦੇ ਘਰ ਦੇ ਅੰਦਰ ਜਾ ਕੇ ਗੋਲੀਆਂ ਲਗਵਾਈਆਂ ਨੇ, ਇੱਕ ਕੋਲ ਪੈਟਰੋਲ ਪੰਪ ਪਾਇਆ ਸੀ। ਮਤਲਬ ਕਾਫੀ ਸਾਰੀ ਇਹਦੇ ਦਹਿਸ਼ਤ ਸਾਡੇ ਗੜਸ਼ੰਕਰ ਏਰੀਏ ਦੇ ਵਿੱਚ ਗੁੱਲਵਾਲ ਏਰੀਏ ਦੇ ਵਿੱਚ ਫੈਲਾਈ ਗਈ ਸੀ, ਜੋ ਇਸ ਨੂੰ ਬਹੁਤ ਹੀ ਵਧੀਆ ਇੱਕ ਓਪਰੇਸ਼ਨ ਕੀਤਾ ਸਾਡੇ ASP ਕੁਸ਼ਾਰ ਜੀ ਨੇ, ਸ਼ੇਫ ਸੀਗੇ ਸਾਡੇ CIO ਦੇ ਇੰਚਾਰਜ, ਇਹਨਾਂ ਦੀ ਸਾਰੀ ਟੀਮ ਅਤੇ ਜਿਸ ਨੂੰ ਹੈਡ ਕਰ ਰਹੀ ਸੀ ਪ੍ਰਦੀਪ ਸਿੰਘ ਜੀ ਸਾਡੇ SP ਟੀਮ ਦੇ, ਇਹਨਾਂ ਸਾਰਿਆਂ ਨੂੰ ਵੱਡੀ ਕਾਮਯਾਬੀ ਮਿਲੀ ਹੈ। ਜਦੋਂ ਇਹਨਾਂ ਬਹੁਤ ਵਧੀਆ ਇੱਕ ਓਪਰੇਸ਼ਨ ਕਰਕੇ 3-4 ਦਿਨ ਯੂਪੀ ਦੇ ਵਿੱਚ ਲਾ ਕੇ ਇਸ ਬੰਦੇ ਨੂੰ ਅਸੀਂ ਯੂਪੀ ਤੋਂ ਫੜ ਕੇ ਲਏ, ਅਤੇ ਇਸ ਬੰਦੇ ਦੇ ਫੜਨ ਨਾਲ ਕਾਫੀ ਜਿਹੜੀ ਦਹਿਸ਼ਤ ਹੈ ਇਹ ਗੜਸ਼ੰਕਰ ਅਤੇ ਬਾਕੀ ਏਰੀਏ ਦੇ ਵਿੱਚ ਘਟੇਗੀ। ਅਤੇ ਆਹ ਜਿਹੜੇ 7 ਤੁਸੀਂ ਹਥਿਆਰ ਦੇਖ ਰਹੇ ਹੋ, 7 ਵੈਪਨ ਇਸ ਤੋਂ ਰਿਕਵਰ ਹੋਏ, ਇਹ ਨਹੀਂ ਤਾਂ ਪਤਾ ਨਹੀਂ ਕਿੱਥੇ ਕਿੱਥੇ ਯੂਜ ਕਰਦੇ ਸੀਗੇ। ਅਤੇ ਇਹ ਸਾਰਾ ਸਵਾਲ ਫੜ ਕੇ ਇਸ ਗੈਂਗਸਟਰ ਨੂੰ ਫੜ ਕੇ ਕਾਫੀ ਵੱਡੀ ਖੱਲ ਪਾਈ ਹੈ ਹੁਸ਼ਿਆਰਪੁਰ ਪੁਲਿਸ ਦੇ ਗੈਂਗਸਟਰ। ਤੁਸੀਂ ਹੋਰ ਪੰਜਾਬੀ